गया है ना तो सेख खड़ा था हाँ। तो जान देगा मुल्ला जी कोई कहानी सुनाओ। अच्छा ते अब्बा जी ने घोड़ी रोकी ओरे को बना ली थी कुमारी पहले घोड़ी दे दी अब्बा जी ने। चौरी ख्याल दिन पहला शहीद सी तुहाडे पिंड दा? हाँ। अच्छा साडे इलाके दा नहीं इलाके दा इलाके अच्छा इलाका तकरीबन मेरा ख्याल कोई 25-30 पिंड दे जड़ सी ना। अच्छा ये इलाका ही साडा मुसलमान दा। नाज़रीन 125 WB दे विच असीं आए हां ते इत्थे पार्टीशन दे हवाले नाल बाबा जी ने थोड़ी मुलाकात कराने हैं ते मसीहत है जी इन्हां दी 125 WB दी एक बस्ती है उत्थे असीं नहर है इन्हें लुंडू कहिंदे आ लुंडू राजवान ते इह तुसीं देख लो जी। अस्सलाम वालेकुम नाज़रीन मैं मंजूर जाट तुसी मेरा चैनल वेखदे पे हो पंजाबी 192। अज पार्टीशन दे हवाले नाल एक होर बाबा जी तो आपां पार्टीशन दी कहानी सुनदे आ ते तुहाडी मुलाकात कराने आ। बाबा जी बहुत ही प्यारे ने माशाल्लाह तुहानू जिहड़ा बहुत कुछ दसणगे। अस्सलाम वालेकुम जी। वालेकुम अस्सलाम व रहमतुल्लाह व बरकातहू। बाबा जी की हाल है? अल्हम्दुलिल्लाह अला कुल्ली हाल। माशाल्लाह माशाल्लाह की नाम है बुजुर्गो तुहाडा? मेरा नाम आएगा जी अहमद। अहमद ठीक है। अब्बे दा नाम? खैरदीन मुल्ला। खैरदीन हाँ मुल्ला टेंगड़पुर ठीक है। ते दादा जी दा नाम? दादा जी जीवा। जीवा ठीक है। ये पिंड चापा जिले च बैठे हैं की है पिंड दा नाम? 125 WB। 125 तहसील? मैलसी। जिला? मुल्तान। बिहाड़ी? बिहाड़ी सच्ची। हाँ जिला बिहाड़ी ठीक है। अगे मुल्तान हुंदा सी हुण बिहाड़ी है? बिहाड़ी ठीक है। ते इंडिया च अपना केड़ा पिंड सी? डेंगड़पुर। डेंगड़? डेंगड़पुर। डेंगड़पुर हाँ राम छठियाला जट। अच्छा ते तहसील? नवांशहर हुण तां डिस्ट्रिक्ट बन गया। हुण डिस्ट्रिक्ट बन गया हाँ जी। ते उदो जिला केड़ा सी? जलंधर। ਜ਼ਿਲ੍ਹਾ ਜਲੰਧਰ ਹਾਂ ਜੀ ਠੀਕ ਹੋ ਗਿਆ। ਕਿੱਡਾ ਕੁ ਵੱਡਾ ਪਿੰਡ ਸੀ ਬਜ਼ੁਰਗੋ ਆਪਣਾ? ਸਾਡਾ ਪਿੰਡ ਮਾਸ਼ਾ ਜੀ ਚੰਗਾ ਭਲਾ ਤਾ। ਅੱਛਾ ਹਾਂ ਕਿਹੜੀਆਂ ਕਿਹੜੀਆਂ ਬਰਾਦਰੀਆਂ? ਸਿਰਫ ਇੱਕੋ ਜੱਟ ਬਰਾਦਰੀ ਦੀ ਜਾਂ ਸ਼ੂਦਰ ਕੌਮ ਦੀ। ਅੱਛਾ ਕਿਹੜੀ ਕਿਹੜੀ ਬਰਾਦਰੀ ਹੈ ਗੋਤਾਂ ਕਿਹੜੀਆਂ ਕਿਹੜੀਆਂ ਜੱਟਾਂ ਦੀਆਂ? ਇੱਕੋ ਹੀ ਜੱਟ ਆਪਣੇ ਠਠਿਆਲੇ ਅਤੇ ਦੋ ਘਰ ਦੇ ਸੀਣਾ ਦੇ। ਅੱਛਾ ਹਾਂ ਠੀਕ ਹੈ। ਬਾਕੀ ਕੋਈ ਨਹੀਂ? ਬਾਕੀ ਕੋਈ ਨਹੀਂ ਸੀ? ਨਹੀਂ ਨਹੀਂ। ਅਤੇ ਸਿੱਖ ਸਰਦਾਰ? ਕੋਈ ਵੀ ਨਹੀਂ। ਹਿੰਦੂ? ਹਿੰਦੂ ਦੋ ਰੱਖੇ ਮੇਰੇ ਅੱਬਾ ਜੀ ਨੇ। ਅੱਛਾ ਉਹ ਕੀ ਕਰਦੇ ਸੀ? ਉਹਦਾ ਕੋਈ ਆ ਜਾਂਦਾ ਨਾ ਹਿੰਦੂ ਹਾਂਜੀ ਉਹ ਰਾਸ਼ਨ ਦੇ ਦੇਈਦਾ ਤਾ ਉਹਨਾਂ ਦੀ ਰੋਟੀ ਪਕਾਉਂਦੇ ਹੁੰਦੇ। ਅੱਛਾ ਅੱਛਾ ਕੋਈ ਦੋਸਤ ਹਿੰਦੂ ਆ ਜਾਂਦਾ? ਹਾਂ ਬਿਲਕੁਲ। ਅੱਛਾ ਉਹਨਾਂ ਦੇ ਹਾਂ ਉਹਨਾਂ ਦੀਆਂ ਪਿਆਲੀਆਂ ਪਿਊਲੀਆਂ ਮੇਰੇ ਕੋਲ ਇੱਥੇ ਆ ਰਹੇ ਹਜੇ ਪਿਆਲੀਆਂ ਹੈਗੀਆਂ ਨੇ? ਹਾਂ ਬਿਲਕੁਲ। ਚਲੋ ਵੀਡੀਓ ਤੋਂ ਬਾਅਦ ਫਿਰ ਦੇਖਦੇ ਹਾਂ ਤੁਹਾਡੇ ਕੋਲ ਪਿਆਲੀਆਂ ਉਹ ਤਾਂ ਕਿਤੇ ਟਿਕਾ ਕੇ ਰੱਖੀ ਹੋਈਆਂ ਜੀ। ਇੱਕ ਕਟੋਰਾ ਇੱਕ ਕੌਲੀ ਆ। ਅੱਛਾ ਸੰਭਾਲ ਕੇ ਰੱਖੀਆਂ ਹੋਈਆਂ? ਹਾਂ ਬਿਲਕੁਲ ਜੀ। ਉਹ ਕਹਿੰਦੀ ਸੀ ਇੱਕ ਦਿਨ ਮੈਂ ਬਟਾਣੇ ਆ ਉਹ ਮਗਾ ਤੇਰੇ ਦਾਦੇ ਦੀ ਨਿਸ਼ਾਨੀ ਆ। ਅੱਛਾ ਅੱਛਾ ਕਹਿੰਦੀ ਫਿਰ ਮੈਂ ਕੁੰਜ ਕੇ ਰੱਖਦੀ। ਅੱਛਾ ਮਸੀਤ ਹੈ ਸੀ ਜੀ? ਹਾਂ ਮਸੀਤ ਬਿਲਕੁਲ ਜੀ ਬੇਵਨ। ਅੱਛਾ ਮਸਜਿਦ ਛੋਟੀਆਂ ਇੱਟਾਂ ਦੀ ਸੀ। ਅੱਛਾ ਉਹਦੀ ਵਜ੍ਹਾ 'ਤੇ ਸਾਡਾ ਜਿਹੜਾ ਤਾ ਨਾ ਬਜ਼ੁਰਗ ਹਾਂਜੀ ਉਹਨੇ ਉੱਥੇ ਡੇਰਾ ਲਾਇਆ ਤਾ। ਅੱਛਾ ਅਜ਼ਾਨ ਹੁੰਦੀ 5 ਟਾਈਮ? ਬਿਲਕੁਲ। ਜੁਮਾ? ਮੈਂ ਜੁਮਾ ਕੋਈ ਨਹੀਂ ਸੀ। ਜੁਮਾ ਕਿੱਥੇ ਪੜ੍ਹਦੇ ਸੀ? ਜੁਮਾ ਯਾਦ ਕਿੱਥੇ ਦਾ ਮੈਂ ਹਾਂ ਜੁਮੇ ਕਿੱਥੇ ਤੇ ਉਹ ਜ਼ਿਆਦਾ ਲਾਇਲ ਵੀ ਸੀ। ਅੱਛਾ ਸੱਤਾਂ ਪਿੰਡਾਂ ਦਾ ਇੱਕ ਮੌਲ ਵੀ ਦਾ ਸੱਤ ਪਿੰਡ ਦਾ ਇੱਕ ਇੱਕ ਮੌਲ ਨਹੀਂ ਉਹ ਫਿਰ ਜਮਾਤ ਤਾਂ ਕਰਾਉਂਦੇ ਸੀ ਨਾ ਜੀ? ਨਹੀਂ ਜਮਾਤ ਉਹਨਾਂ ਨੇ ਆਪਣਾ ਬਲੀ ਅਹਿਦ ਬਣਾਇਆ ਤਾ ਨਾ। ਅੱਛਾ 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 ਸਮਝ ਆ ਗਈ ਸਮਝ ਆ ਗਈ ਬਿਲਕੁਲ। ਅੱਛਾ ਅੱਛਾ ਅਤੇ ਆਪਣਾ ਘਰ ਮਸੀਤ ਤੋਂ ਕਿੰਨਾ ਕੁ ਦੂਰ ਸੀ? ਸਾਡਾ ਘਰ ਤਾਂ ਜੀ ਤਕਰੀਬਨ 1 ਕਿਲਾ। ਅਤੇ ਕਿਹੜੇ ਪਾਸੇ ਸੀ? ਲਹਿੰਦੇ ਪਾਸੇ ਚੜ੍ਹਦੇ ਪਾਸੇ? ਨਹੀਂ ਅਸੀਂ ਨਾ ਲਹਿੰਦੇ ਤੇ ਨਾ ਚੜ੍ਹਦੇ ਤੇ ਜਨੂਬ ਮਗਰਬ। ਅੱਛਾ ਜਨੂਬ ਮਗਰਬ ਸਾਈਡ 'ਤੇ ਤੁਹਾਡਾ ਘਰ ਸੀ? ਹਾਂਜੀ। ਅੱਛਾ ਹਮਸਾਏ ਤੁਹਾਡੇ ਕਿਹੜੇ ਕਿਹੜੇ ਸੀ? ਸਾਡੇ ਇੱਕ ਲੰਬੜਦਾਰ ਤਾ। ਅੱਛਾ ਯੂਸਫ? ਯੂਸਫ ਹਾਂਜੀ। ਅੱਛਾ ਇਧਰਲੇ ਪਾਸੇ ਤੇ ਅੱਲਾ ਬਖਸ਼। ਅੱਛਾ
ਤੇ ਦੋ ਸਾਡੇ ਹਮਸਾਏ ਤੇ ਹਾਂ ਬਾਕੀ ਗਲੀਆਂ ਤੇ ਬਾਕੀ ਗਲੀਆਂ ਹਾਂ ਠੀਕ ਹੈ ਹੋਰ ਕਿਸੇ ਹਮਸਾਏ ਦਾ ਨਾਂ ਯਾਦ ਹੋਵੇ ਹਾਂ ਨਾਂ ਕਿਸੇ ਦਾ ਯਾਦ ਸਾਰੇ ਪਿੰਡ ਦੇ ਯਾਦ ਆ ਅੱਛਾ ਸੁਣਾਓ ਕਿ ਦੋ ਚਾਰਾਂ ਦੇ ਅੱਛਾ ਜੀ ਹਾਂ ਆਪਣੇ ਘੇਲਣਾ ਦੇ ਤੇ ਉੱਥੇ ਅੱਛਾ ਦੋ ਤਿੰਨ ਸ਼ੇਰ ਆਈ ਦੂ ਘੇਲਣ ਅੱਛਾ ਅੱਛਾ ਅਤੇ ਬਾਕੀ ਤੈਨੂੰ ਉਹਨਾਂ ਨੇ ਕੀ ਦੇਵੇ ਉਜਾੜੀ ਵਾਲੇ ਤੇ ਆਪਣੇ ਨੱਥੂ ਫੱਤੂ ਅੱਛਾ ਜੀ ਹਾਂਜੀ ਠੀਕ ਹੈ ਅਤੇ ਉਹ ਜਿਹੜੇ ਹਿੰਦੂ ਸੀ ਰਹਿੰਦੇ ਉਹਨਾਂ ਦਾ ਨਾਂ ਪਤਾ ਦੋ ਘਰ ਹਿੰਦੂਆਂ ਦੇ ਸੀ ਕਹਿੰਦੇ ਇੱਕ ਨਾਮ ਰਾਮ ਕਿਸ਼ਨ ਦਾ ਠੀਕ ਆ ਅਤੇ ਦੂਏ ਨਾਮ ਦਾ ਪਤਾ ਨਹੀਂ ਮੈਂ ਭੁੱਲ ਗਿਆ ਅਤੇ ਉਹ ਝੀਰ ਵਗੈਰਾ ਵੀ ਕੋਈ ਹੈ ਸੀ ਝੀਰ ਉਹੀ ਝੀਰਾਂ ਦਾ ਕੰਮ ਕਰਦੇ ਤੇ ਅੱਛਾ ਉਹ ਵੀ ਝੀਰਾਂ ਦਾ ਹੀ ਕਰਦੇ ਸੀ ਅੱਛਾ ਅੱਛਾ ਠੀਕ ਹੈ ਹੋਰ ਉਹ ਪਿੰਡ 'ਚ ਕੋਈ ਬੈਠਣ ਵਾਲੀ ਜਗ੍ਹਾ ਵੀ ਸੀ ਸਾਡਾ ਆਪਣਾ ਡੇਰਾ ਤਾਂ ਅੱਛਾ ਤੁਹਾਡਾ ਆਪਣਾ ਸੀ ਹਾਂ ਇਹਦਾ ਮਤਲਬ ਤੁਸੀਂ ਡੇਰੇਦਾਰ ਪੁਰਾਣੇ ਡੇਰੇਦਾਰ ਹੋ ਬਿਲਕੁਲ ਮਾਸ਼ਾਅੱਲਾ ਮਾਸ਼ਾਅੱਲਾ ਜੀ ਆਪਣਾ ਜੀ ਅੱਛਾ ਡੇਰਾ ਦਾ ਇੱਕ ਕਿੱਲੇ ਦਾ ਅੱਛਾ ਹਾਂ ਆਪਾ ਜੀ ਮੈਂ ਬਣਾਇਆ ਤਾਂ ਦੋ ਅੱਛਾ ਠੀਕ ਹੈ ਪੂਰੇ ਕਿੱਲੇ 'ਚ ਡੇਰਾ ਸੀ ਆਪਣਾ ਬਿਲਕੁਲ ਅੱਛਾ ਕੋਈ ਪਰਿਆ ਪੰਚਾਇਤ ਫਿਰ ਕਿੱਥੇ ਕਰਦੇ ਸੀ ਡੇਰੇ 'ਚ ਤੁਹਾਡੇ ਡੇਰੇ 'ਤੇ ਹਾਂ ਬਿਲਕੁਲ ਇਹਦਾ ਮਤਲਬ ਤੁਸੀਂ ਜੱਦੀ ਪੁਸ਼ਤੀ ਚੌਧਰੀ ਹੋ ਫਿਰ ਬਿਲਕੁਲ ਜੀ ਇਨਸ਼ਾਅੱਲਾ ਅੱਛਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਨੌਕਰ ਹਾਂ ਅਸੀਂ ਚੌਧਰੀ ਨਹੀਂ ਨੌਕਰ ਨੌਕਰ ਕਿਹਦੇ ਹੋ ਕਿਹਦੇ ਨੌਕਰ ਅੱਲਾ ਦੇ ਅੱਛਾ ਨੌਕਰ ਅੱਲਾ ਹਾਂ ਠੀਕ ਖਿਦਮਤ ਕਰਨੀ ਹੈ ਅੱਛਾ ਅੱਛਾ ਖੁਦਾ ਲਈ ਅੱਛੀ ਗੱਲ ਹੈ ਅੱਛੀ ਗੱਲ ਇੱਥੇ ਵੀ ਹੁਣ ਆਪਾਂ ਨੌਕਰੀ ਕਰਦੇ ਹਾਂ ਆਪਣੇ ਮਾਝੇ 'ਚ ਅੱਛਾ ਇੱਥੇ ਨੌਕਰੀ ਕਰਦੇ ਹਾਂ ਤਾਂ ਇਹ ਮਸਜਿਦ 'ਚ ਤੁਹਾਡਾ ਪੋਤਰਾ ਜਿਹੜਾ ਹਾਂਜੀ ਉਹ ਇਮਾਮਤ ਕਰਾਉਂਦਾ ਨਹੀਂ ਨਹੀਂ ਹਾਂ ਅੱਠਵੇਂ ਦਾ ਨਾਮ ਆਉਂਦਾ ਉਹ ਹੈਗਾ ਉੱਥੇ ਠੀਂਗੀ ਅੱਛਾ 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 ਠੀਕ ਹੈ ਠੀਕ ਹਾਂ ਸਹੀ ਹੋ ਗਿਆ ਬਲਾਲ ਤਾਂ ਹੈ ਅੱਛਾ ਖਾਲਦ ਬਿਨ ਠੀਕ ਹੈ ਹੋਰ ਸਕੂਲ ਫਿਰ ਸਕੂਲ ਹੈ ਸੀ ਸਾਡੇ ਸਕੂਲ ਕੋਈ ਨਾ ਸੀ ਜੀ ਸਾਤੋਂ ਤਾਂ ਤਕਰੀਬਨ 5 ਕਿਲੋਮੀਟਰ ਕਿਹੜੀ ਜਗ੍ਹਾ ਰਾਹੋਂ ਹਾਂ ਸਾਡਾ ਥਾਣਾ ਵੀ ਤਾਂ ਅੱਛਾ ਮੈਂ ਘੋੜੀ ਪਰ ਜਾਂਦਾ ਹੁੰਦਾ ਤਾਂ ਅੱਛਾ ਲੋਕਾਂ ਨੇ ਕਹਿਣਾ ਨਾ ਘੋੜੀ ਤੇ ਸਾਨੂੰ ਸੌਦਾ ਲੈਣ ਜਾਣਾ ਅੱਛਾ ਉਹਨਾਂ ਦੇ ਬੋਲਣ ਕੋਲ ਬੈਠੇ ਘੋੜੀ ਲੈ ਕੇ ਆ ਜਾਣਾ ਅੱਛਾ ਘਰ ਮੈਂ ਆ ਜਾਣਾ ਨੌਕਰ ਨੇ ਮੈਨੂੰ ਲਾਉਣਾ ਬਸਤਾ ਮੇਰਾ ਡੇੜੀ ਤੇ ਅੱਗੇ ਕਰ ਦੇਣਾ ਘੋੜੀ ਤੇ ਪੜ੍ਹਨ ਜਾਂਦੇ ਸੀ ਹਾਂ ਬਿਲਕੁਲ ਜੀ ਅੱਛਾ ਕਿੰਨਵੀਂ 'ਚ ਪੜ੍ਹਦੇ ਸੀ ਮੈਂ ਜੀ ਕਾਹਦਾ ਪੜ੍ਹਿਆ ਇਹ ਤਾਂ ਇੱਥੇ ਪਤਾ ਲੱਗਿਆ ਜੇ ਪੜ੍ਹਨਾ ਤਾਂ ਕੁਛ ਹੈ ਨਹੀਂ ਤਾਂ ਪੜ੍ਹਨਾ ਕੁਛ ਨਹੀਂ ਚੰਦਰ ਸ਼ਬਦ ਕੁਛ ਇੱਥੇ ਆ ਕੇ ਫਿਰ ਮੈਂ ਪੜ੍ਹਿਆ ਅੱਛਾ ਅੱਛਾ ਉੱਥੇ ਫਿਰ ਪਿੰਡ ਕਿਹੜੇ ਕਿਹੜੇ ਸੀ ਆਲੇ ਦੁਆਲੇ ਆਲੇ ਦੁਆਲੇ ਹਾਂਜੀ ਖੇਮੋਵਾਲ ਹਾਂਜੀ ਹੋਲੀਆਪੁਰ ਅੱਛਾ ਮਲਕਪੁਰ ਤਾਜੋਵਾਲ ਮੰਡਾਲਾ ਹਾਂ ਮਾਸ਼ਾਅੱਲਾ ਬਜ਼ੁਰਗ ਬਹੁਤ ਸਾਰੇ ਅਸੀਂ ਇਕੱਠੇ ਕੀਤੇ ਹੋਏ ਆ ਅਤੇ ਤੁਸੀਂ ਇਹਨਾਂ ਦੀ ਜ਼ਿਆਰਤ ਕਰ ਲਵੋ ਅਤੇ ਵਾਰੀ ਵਾਰੀ ਇਹਨਾਂ ਨਾਲ ਫਿਰ ਗੱਲਬਾਤ ਵੀ ਕਰਦੇ ਹਾਂ ਅਤੇ ਹਾਂਜੀ ਹੋਰ ਸੁਣਾਓ ਜੀ ਫਿਰ ਕੋਈ ਬਸ ਅੱਲਾ ਦੀ ਰਹਿਮਤ ਆ ਜੀ ਜਦ ਪਾਰਟੀਸ਼ਨ ਹੋਈ ਹੈ ਨਾ ਜੀ ਜੀ ਉਸ ਦਿਨ ਨਾ ਇਹਨਾਂ ਨੇ ਸਿੱਖਾਂ ਨੇ ਜਾੜ ਲੈ ਕਰਿਆ ਤਾਂ ਕੱਠ ਅੱਛਾ ਉਹਨਾਂ ਨੇ ਕਹਿਤਾ ਬਈ ਇਹਨਾਂ ਨੂੰ ਮਾਰਨਾ ਮਾਰਨਾ ਆਪਣਾ ਗ੍ਰੰਥ ਚੱਕ ਕੇ ਅੱਛਾ ਅੱਛਾ ਅਤੇ ਮੁਸਲਮਾਨਾਂ ਕਹਿੰਦੇ ਤੇ ਸਾਡਾ ਕੁਰਾਨ ਰਾਮਨ ਆ ਅਸੀਂ 15 ਪਿੰਡਾਂ ਦੇ ਨਹੀਂ ਉੱਠੇ ਠੀਕ ਆ ਮੇਰੇ ਅੱਬਾ ਜੀ ਜਿਹੜੇ ਆਏ ਨਾ ਉਹ ਸਾਡੇ ਨਾਨਕੇ ਦੇ ਰਾਹ 'ਚ ਮੀਰਪੁਰ ਬਹੁਤ ਬੜਾ ਪਿੰਡ ਦਾ ਸਾਡੇ ਬਰਾਦਰੀ ਦਾ ਉਹਨਾਂ ਨੇ ਕਿਹਾ ਮੁੱਲਾ ਜੀ ਕੁਛ ਸਾਨੂੰ ਦੱਸੋ ਤਾਂ ਸਹੀ ਕਿਆ ਕਰ ਰਹੇ ਹਾਂ ਅੱਛਾ ਉੱਥੇ ਕੁਝ ਦੇਰ ਹੋ ਗਈ ਅਤੇ ਅੱਗੇ ਸਾਡਾ ਜਿਹੜਾ ਹੁੰਦਾ ਤਾ ਨਾ ਜੀ ਚਰਾਣ ਦਾ ਟਿੱਬਾ ਅੱਛਾ ਉਹਦੇ ਦਰਮਿਆਨ 'ਚ ਤਾਂ ਰਸਤਾ ਠੀਕ ਆ 8-9 ਫੁੱਟ ਦੇ ਆਲ ਦੁਆਲੇ ਅੱਛਾ ਅੱਛਾ ਉੱਥੇ ਜਦ ਅੱਗੇ ਆਏ ਨਾ ਤਾਂ ਸਿੱਖ ਖੜਾ ਤਾ ਉਹ ਜਾਣਦਾ ਤਾ ਮੁੱਲਾ ਜੀ ਕੋਈ ਕਹਾਣੀ ਸੁਣਾਓ ਅੱਛਾ ਅਤੇ ਅੱਬਾ ਜੀ ਨੇ ਘੋੜੀ ਰੋਕੀ ਉਹਦੇ ਕੋਲ ਦੁਨਾਲੀ ਤੀ ਕੁਮਾਰੀ ਪਹਿਲੇ ਘੋੜੀ ਦੇ ਦੀ ਅੱਬਾ ਜੀ ਦੇ ਅੱਛਾ ਠੀਕ ਆ ਨਾਲੇ ਕਹਿੰਦਾ ਗੱਲ ਸੁਣਾਓ ਹਾਂ ਜੀ ਅੱਛਾ ਧੋਖਾ ਕਰਦੇ ਸੀ ਹਾਂ ਬਿਲਕੁਲ ਜੀ
ਨਹੀਂ ਕੋਈ ਯਾਰ ਦੋਸਤ ਵੀ ਹੋਣਗੇ ਹੀ ਨਾ ਸਿੱਖ ਸਰਦਾਰਾਂ ਚੋਂ ਨੇਕ ਲੋਕ ਵੀ ਹੈ ਸੀ ਨੇਕ ਤੇ ਉਹਨਾਂ ਨੇ ਗ੍ਰੰਥ ਚੋਂ ਚੱਕਿਆ ਦਾ ਗ੍ਰੰਥ ਚੱਕਿਆ ਹੋਇਆ ਹਾਂ ਫੇ ਅਸੀਂ ਇਹਨਾਂ ਨੂੰ ਮਾਰਨਾ ਮਾਰਨਾ ਜਿਹੜੇ ਵੀ ਆਈ ਪੀ ਹੈਗੇ ਅੱਛਾ 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 ਮੁਸਲੇ ਕਹਿੰਦੇ ਤੇ ਅੱਛਾ ਤੇ ਤੁਹਾਡੇ ਅੱਬਿਆ ਜੀ ਨੂੰ ਫਿਰ ਉਹਨਾਂ ਨੇ ਮਾਰਿਆ ਧੋਖੇ ਨਾਲ ਹਾਂਜੀ ਅੱਛਾ ਸਾਨੂੰ ਰਾਤ ਨੂੰ ਆ ਕੇ ਨਾ ਆਪਣੇ 27ਵੀਂ ਤੇ ਉੱਦਣ ਅੱਛਾ ਅਸੀਂ ਆ ਕੇ ਰੋਟੀ ਖਾਣ ਲੱਗੇ ਅੱਛਾ ਤੇ ਉਹਨਾਂ ਨੇ ਦੱਸਿਆ ਵੀ ਜੀ ਉੱਥੇ ਤਾਂ ਸ਼ਹੀਦ ਹੋ ਗਿਆ ਫੈਰ ਦੀ ਕੋਲ ਫਿਰ ਅਸੀਂ ਬਾਹਰ ਆ ਗਏ ਮੰਡ 'ਚ ਦਰਿਆ ਦੇ ਕਿਨਾਰੇ ਸਤਲੁਜ ਦੇ ਕਿਨਾਰੇ ਤਾਂ ਸੀ ਪਹਿਲੇ ਨੰਬਰ 'ਤੇ ਪਹਿਲੇ ਅੱਛਾ ਹਾਂ ਬਾਕੀ ਸਾਰੇ ਆਪਣੇ ਆਪਣੇ ਘੋੜੀਆਂ 'ਤੇ ਚੌਰੀ ਖੈਰ ਦੀਨ ਪਹਿਲਾ ਸ਼ਹੀਦ ਸੀ ਤੁਹਾਡੇ ਪਿੰਡ ਦਾ ਹਾਂ ਅੱਛਾ ਸਾਡੇ ਇਲਾਕੇ ਦਾ ਇਲਾਕੇ ਦਾ ਇਲਾਕੇ ਦਾ ਅੱਛਾ ਇਲਾਕਾ ਤਕਰੀਬਨ ਮੇਰਾ ਖਿਆਲ ਕੋਈ 25-30 ਪਿੰਡ ਦੇ ਜਿਹੜੇ ਸੀ ਨਾ ਅੱਛਾ ਇਹ ਇਲਾਕਾ ਹੀ ਸਾਡਾ ਮੁਸਲਮਾਨਾਂ ਦਾ ਠੀਕ ਸਭ ਮੁਸਲਮਾਨ ਸੀ ਇੱਥੇ ਠੀਕ ਠੀਕ ਹੁਣ ਤਾਂ ਜੀ ਮਾਸ਼ਾ ਅੱਲਾ ਉੱਥੇ ਡਿਵੈਲਪਮੈਂਟ ਹੋਈ ਹੈ ਅੱਛਾ ਛੋਟੇ ਛੋਟੇ ਪਿੰਡ ਦੇ ਉਹਨਾਂ ਦਾ ਸਾਰਾ ਕਸਬ ਬਣਾ ਕੇ ਨਾ ਸਦਰ ਟੈਂਗੜੂ ਨੂੰ ਅੱਛਾ ਉੱਥੇ ਕਾਲਜ ਵੀ ਆ ਅੱਛਾ ਅਤੇ ਬੱਚੀਆਂ ਦਾ ਹਾਈ ਸਕੂਲ ਹੈ ਅਤੇ ਬੈਂਕ ਵੀ ਆ ਤੁਹਾਨੂੰ ਕਿਵੇਂ ਪਤਾ ਲੱਗਾ ਮੈਨੂੰ ਇੱਥੇ ਵੀਡੀਓ ਕਾਲ 'ਤੇ ਮੁੰਡਿਆਂ ਨੇ ਦਿਖਾ ਦਿੱਤੀ ਵੀਡੀਓ ਕਾਲ 'ਤੇ ਉੱਥੋਂ ਦੇ ਬੰਦਿਆਂ ਨਾਲ ਤੁਹਾਡਾ ਰਾਬਤਾ ਬਸ ਮੁੰਡਿਆਂ ਦਾ ਤਾਂ ਜੀ ਅੱਛਾ ਇੰਗਲੈਂਡ ਹੈ ਨਾ ਅੱਛਾ ਅੱਛਾ ਇੰਗਲੈਂਡ 'ਚੋਂ ਹਾਂ ਇੰਗਲੈਂਡ 'ਚੋਂ ਤਾਂ ਫਿਰ ਉਹ ਸਿੱਖ ਸਰਦਾਰਾਂ ਨਾਲ ਹੋਣਾ ਕਿਤੇ ਰਾਬਤਾ ਅੱਛਾ ਅੱਛਾ ਉਹਨਾਂ ਨੇ ਦੱਸਿਆ ਤਾਂ ਵੀ ਆਹ ਦੇਖੋ ਸਾਡਾ ਪਿੰਡ ਦਿਖਾ ਲਿਆ ਮੈਨੂੰ ਅੱਛਾ ਉਹਨੇ ਇੱਕ ਬੰਦਾ ਬੈਠਾ ਤਾ ਕਹਿੰਦਾ ਤੇਰੀ ਕਿੰਨੀ ਉਮਰ ਤੀ ਕਹਿੰਦਾ ਮੇਰੀ 6 ਸਾਲ ਦੀ ਜਦ ਉਮਰ ਅੱਛਾ ਜਾਂ ਇਹ ਪਾਰਟੀ ਸ਼ੁਰੂ ਹੋਈ ਅੱਛਾ ਅੱਛਾ